ਸਭ ਤੋਂ ਪਹਿਲਾਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ 'ਤੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ, ਪ੍ਰਿੰਟ ਮੀਡੀਆ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ। ਅੱਜ ਦੀ ਇਸ ਪ੍ਰੈਸ ਕਾਨਫਰੰਸ ਬੜੇ ਇੱਕ ਅਹਿਮ ਮੁੱਦੇ 'ਤੇ ਬੁਲਾਈ ਗਈ ਹੈ। ਜਿਵੇਂ ਤੁਸੀਂ ਜਾਣਦੇ ਹੋ, 15 ਤਰੀਕ ਦੀ ਤੜਕ ਸਵੇਰ ਨੂੰ ਤਕਰੀਬਨ 3 ਵਜੇ ਦੇ ਕਰੀਬ ਸਾਡੇ ਖੰਨੇ ਦੇ ਬੜੇ ਹੀ ਪ੍ਰਾਚੀਨ, ਤਕਰੀਬਨ 100 ਸਾਲ ਪੁਰਾਣੇ ਸ਼ਿਵ ਮੰਦਿਰ ਦੇ ਵਿੱਚ ਜੋ ਕੁਛ ਪਾਪੀ, ਮੈਂ ਉਹਨਾਂ ਨੂੰ ਕਹੂੰਗਾ ਪਾਪੀ, ਕਾਰਨ ਕੀ ਹੈ, ਉਹ ਆਏ ਤਾਂ ਸੀ ਚੋਰੀ ਦੇ ਮੰਤਵ ਦੇ ਨਾਲ, ਪਰ ਉਹਨਾਂ ਨੇ ਚੋਰੀ ਨਹੀਂ ਕੀਤੀ, ਉਹਨਾਂ ਨੇ ਪਾਪ ਕਮਾਇਆ। ਸਾਡੇ ਸਭ ਤੋਂ ਪਵਿੱਤਰ ਭਗਵਾਨ ਸ਼ਿਵ ਦੇ ਸ਼ਿਵਲਿੰਗ ਨੂੰ ਉਹਨਾਂ ਨੇ ਜੋ ਆਹਤ ਪਹੁੰਚਾਈ, ਔਰ ਉਸ ਤੋਂ ਬਾਅਦ 'ਚੋਂ ਉਹਨਾਂ ਨੇ ਕੁਛ ਮੁੱਠੀ ਭਰ ਚਾਂਦੀ ਦੇ ਲਈ, ਚਾਂਦੀ ਚੁਰਾਉਣ ਦੇ ਲਈ ਇਹ ਐਡੀ ਵੱਡੀ ਬੇਅਦਬੀ ਕੀਤੀ। ਜਿਵੇਂ ਇਹ ਗੱਲ ਹੋਈ ਸੀ, ਇਹ ਤਕਰੀਬਨ 3 ਵਜੇ ਦੀ ਗੱਲ ਹੈ, ਸਵੇਰੇ 15 ਅਗਸਤ 3 ਵਜੇ ਦੀ ਗੱਲ ਹੈ, ਔਰ 6:45 ਦੇ ਕਰੀਬ ਮੈਨੂੰ ਜਿਹੜੀ ਮੰਦਰ ਕਮੇਟੀ ਹੈ, ਮੰਦਰ ਕਮੇਟੀ ਦੇ ਸਦੱਸਿਆਂ ਦੀ ਕਾਲ ਆਈ ਸੀ, ਔਰ ਇਮੀਡੀਏਟਲੀ ਜਿਵੇਂ ਹੀ ਮੈਨੂੰ ਕਾਲ ਆਈ ਤਾਂ ਨਾਲ ਦੀ ਨਾਲ SP ਸੁਪਰੀਟੈਂਡੈਂਟ ਪੁਲਿਸ ਅਤੇ ਉਹਨਾਂ ਦੇ ਨਾਲ DSP ਸਬ ਡਿਵੀਜ਼ਨ ਅਤੇ ਨਾਲ SHO ਸਿਟੀ 1 ਅਤੇ ਨਾਲ CAA ਸਟਾਫ ਦੇ ਇੰਚਾਰਜ, ਇਹਨਾਂ ਨੂੰ ਮੈਂ ਔਨ ਸਪੋਟ ਮੌਕੇ 'ਤੇ 15 ਮਿੰਟਾਂ ਦੇ ਵਿੱਚ ਵਿੱਚ ਉੱਥੇ ਭੇਜਤਾ ਸੀਗਾ। ਉਸ ਤੋਂ ਤਕਰੀਬਨ 1/2 ਘੰਟੇ ਦੇ ਵਿੱਚ ਵਿੱਚ ਮੈਂ ਅਤੇ ਮੇਰੇ ਪਿਤਾ ਜੀ ਉੱਥੇ ਅਸੀਂ ਚਲੇ ਗਏ ਸੀ, ਤਾਂ ਜਦੋਂ ਮੰਦਰ ਕਮੇਟੀ ਦੇ ਸਦੱਸਿਆਂ ਨਾਲ ਗੱਲ ਕੀਤੀ, ਅਸੀਂ ਸਾਰਾ ਜਿਹੜਾ ਵਾਕਿਆ ਜਿਵੇਂ ਹੋਇਆ ਸੀ ਇਹ ਉੱਤੇ ਚੜ੍ਹ ਕੇ ਸਾਰਾ A to Z ਮੰਦਰ ਦੇ ਉੱਪਰ ਦੇਖ ਕੇ ਆਏ ਵੀ ਕਿੱਥੋਂ ਚੋਰ ਆਏ, ਕਿਵੇਂ ਉਹਨਾਂ ਨੇ ਪਾਪੀਆਂ ਨੇ ਆ ਕੇ ਉਸ ਜਾਲੀ ਰਾਹੀਂ ਸੇਂਧ ਲਾ ਕੇ ਥੱਲੇ ਉਹ ਰੱਸਾ, 18 ਫੁੱਟ ਰੱਸਾ ਸਿੱਟ ਕੇ ਗੱਠਾ ਮਾਰ ਕੇ ਥੱਲੇ ਉਤਰੇ, ਔਰ ਉਹਨਾਂ ਨੇ ਚੋਰੀ ਵੀ ਕੀਤੀ ਨਾਲ ਬੇਅਦਬੀ ਵੀ ਕੀਤੀ। ਔਰ ਉਸ ਤੋਂ ਬਾਅਦ 'ਚੋਂ ਉਸੇ ਦਿਨ ਜਦੋਂ ਸਵੇਰ ਵੇਲੇ, ਜਾਣੀ ਕਿ ਤਕਰੀਬਨ ਇਹ ਗੱਲ ਹੋ ਗਈ, ਉਹ ਜਦੋਂ 1:30-1:30 ਦੇ ਕਰੀਬ ਇਹ ਗੱਲ ਪੂਰੇ ਅੱਗ ਵਾਂਗ ਪੂਰੇ ਸਮਾਜ ਦੇ ਵਿੱਚ ਫੈਲੀ, ਖੰਨੇ ਦੇ ਵਿੱਚ ਫੈਲੀ, ਖੰਨੇ ਤੋਂ ਬਾਹਰਲੇ ਇਲਾਕਿਆਂ 'ਚ ਫੈਲੀ, ਤਾਂ ਲੋਕਾਂ ਦੇ ਵਿੱਚ, ਸ਼ਰਧਾਲੂਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਰੋਸ ਸੀ। ਔਰ ਰੋਸ ਨੂੰ ਦੇਖਦੇ ਹੋਏ, ਚੱਲਦੇ ਹੋਏ ਅਸੀਂ ਪੁਲਿਸ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ। ਔਰ ਮੈਂ ਉਰੇ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂੰਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਕਿਉਂਕਿ ਉਸੇ ਦਿਨ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਈਸੜੂ ਵਿਖੇ ਜੋ ਸ਼ਹੀਦ ਆਪਣੇ ਕਰਦੈਲ ਸਿੰਘ ਈਸੜੂ ਜੀ ਨੂੰ ਅਤੇ ਸ਼ਹੀਦ ਭੁਪਿੰਦਰ ਸਿੰਘ ਈਸੜੂ ਜੀ ਨੂੰ ਸ਼ਰਧਾ ਸੁਮਨ ਭੇਟ ਕਰਨ ਲਈ ਆਏ ਸਾਹ ਲਾਉਂਦੇ ਨੇ, ਉਸੇ ਦਿਨ ਮੈਂ ਮੁੱਖ ਮੰਤਰੀ ਸਾਹਿਬ ਦੀ ਨੋਟਿਸ 'ਚ ਇਹ ਗੱਲ ਲਿਆਉਂਦੀ ਸੀ ਕਿ ਖੰਨੇ ਦੇ ਵਿੱਚ ਇੱਕ ਐਡੀ ਵੱਡੀ ਗੱਲ ਹੋ ਗਈ ਅਤੇ ਤੁਹਾਡਾ ਸ਼ਡਿਊਲ ਆਲਰੇਡੀ, ਕਿਉਂਕਿ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਸ਼ਡਿਊਲ ਫਾਈਨਲਾਈਜ਼ ਹੁੰਦਾ, ਪਰ ਤੁਸੀਂ ਉਰੋਂ ਹੀ ਕਿਰਪਾ ਕਰਕੇ DGP ਸਾਹਿਬ ਨੂੰ ਕਹੋ ਅਤੇ ਇਹ ਜਿਹੜਾ ਮੈਟਰ ਬੜਾ ਸੀਰੀਅਸ ਹੈ ਇਹਦੇ 'ਤੇ ਆਪਾਂ ਐਕਸ਼ਨ ਲੈਣਾ। ਮੇਰੇ ਦੇਖਦੇ ਦੇਖਦੇ ਮੁੱਖ ਮੰਤਰੀ ਸਾਹਿਬ ਨੇ ਇੰਨੀ ਕਲੀਅਰ ਡਾਇਰੈਕਸ਼ਨਸ DGP ਸਾਹਿਬ ਨੂੰ ਦਿੱਤੀਆਂ ਅਤੇ ਨਾਲ DIG ਮੈਡਮ ਉਹਦੇ ਧਨਪ੍ਰੀਤ ਕੌਰ ਉਹਨਾਂ ਨੂੰ ਦਿੱਤੀਆਂ ਕਿ ਇਹ ਜਿਹੜਾ, ਕਿਉਂਕਿ ਉੱਥੇ ਸਾਰੀ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸੀ, SSP ਅਸ਼ਵਨੀ ਗੁਟਿਆਲ ਜੀ ਵੀ ਮੌਜੂਦ ਸੀ, ਉਹਨਾਂ ਨੂੰ ਕਿਹਾ ਕਿ ਜਿੱਥੇ ਵੀ ਇਹ ਪਾਪੀ ਪਾਪ ਕਰਕੇ ਭੱਜੇ ਨੇ, ਲੁਕੇ ਨੇ, ਮੈਨੂੰ ਘੰਟਿਆਂ ਦੇ ਵਿੱਚ ਵਿੱਚ ਘੰਟਿਆਂ ਵਧੀਏ, ਜਿਹੜੇ ਪਾਪੀ ਨੇ ਇਹ ਚਾਹੇ ਚੋਰ ਨੇ ਇਹ ਮੈਨੂੰ ਸਲਾਖਾਂ ਦੇ ਪਿੱਛੇ ਚਾਹੀਦੇ ਨੇ। ਉਸੇ ਦਿਨ ਤੋਂ ਬਾਅਦ ਪੁਲਿਸ ਸੀ ਜਿਹੜਾ, ਪ੍ਰਸ਼ਾਸਨ ਸੀ ਉਹ ਔਨ ਟੂਸ ਸੀਗਾ, ਜਗ੍ਹਾ ਜਗ੍ਹਾ ਅਲੱਗ ਅਲੱਗ ਜਗ੍ਹਾ 'ਤੇ ਛਾਪੇਮਾਰੀ ਚੱਲਦੀ ਸੀ, ਔਰ ਨਾ ਸਿਰਫ ਖੰਨੇ ਦੀ ਪੁਲਿਸ
ਬਲਕਿ ਬਠਿੰਡੇ ਤੋਂ ਵੀ ਪੁਲਿਸ ਦੇ ਅਧਿਕਾਰੀ ਬੁਲਾਏ ਗਏ ਸੀ, ਹੋਰ ਖੱਬੇ ਸੱਜੇ ਜਿੱਥੋਂ ਜਿੱਥੋਂ ਸਪੋਰਟ ਲੈਣੀ ਸੀ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਸਪੋਰਟ ਲਿੱਤੀ ਗਈ। ਔਰ ਇਸ ਦੌਰਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੈਬਨਿਟ ਮਿਨਿਸਟਰ ਅਮਨ ਅਰੋੜਾ ਜੀ ਨੂੰ ਵੀ ਖੰਨੇ ਭੇਜਿਆ ਸੀ ਅਤੇ ਤਾਂ ਜੋ ਜਾਓ ਜਾ ਕੇ ਉੱਥੇ ਮੌਕੇ ਦੇ ਉੱਤੇ ਦੇਖ ਕੇ ਆਓ ਔਰ ਮੰਦਰ ਕਮੇਟੀ ਦੇ ਨਾਲ ਇੱਕ ਮੀਟਿੰਗ ਕਰਕੇ ਆਓ ਤਾਂ ਜੋ ਆਪਾਂ ਇੱਕ ਅਮਨ ਸ਼ਾਂਤੀ ਦਾ ਜੋ ਸੁਨੇਹਾ, ਇੱਕ ਭਾਈਚਾਰਕ ਸਾਂਝ ਦਾ ਸੁਨੇਹਾ, ਇਹ ਆਪਾਂ ਸਮਾਜ ਦੇ ਵਿੱਚ ਦੇਣਾ। ਪਰ ਮੈਂ ਇਸ ਦੇ ਨਾਲ ਨਾਲ ਹੱਥ ਜੋੜ ਕੇ ਧੰਨਵਾਦ ਕਰਦਾ ਮੇਰੇ ਖੰਨਾ ਸ਼ਹਿਰ ਦੇ ਸਾਰੇ ਵਾਸੀਆਂ ਦਾ ਔਰ ਨਾਲ ਮੈਂ ਪੰਜਾਬ ਦੇ ਵਾਸੀਆਂ ਦਾ, ਜਿਨ੍ਹਾਂ ਨੇ ਇਸ ਮੈਟਰ ਦੀ ਸੈਂਸਿਟੀਵਿਟੀ ਨੂੰ ਸਮਝਦੇ ਹੋਏ, ਇਸ ਮੈਟਰ ਦੀ ਮਤਲਬ ਕਿ ਇੱਕ ਸੂਖਸ਼ਮਤਾ ਨੂੰ ਸਮਝਦੇ ਹੋਏ ਵੀ ਇਹ ਮੈਟਰ ਕਿੰਨਾ ਕੁ ਸੈਂਸਿਟਿਵ ਅਤੇ ਸੂਖਸ਼ਮ ਹੈ, ਉਹਨਾਂ ਨੇ ਬੜਾ ਠੰਮਾ ਅਤੇ ਬੜਾ ਪੇਸ਼ੈਂਸ ਬਣਾ ਕੇ ਰੱਖੀ ਮੇਰੇ ਸ਼ਹਿਰ ਦੇ ਸਾਰੇ ਹੀ ਵਸਨੀਕਾਂ ਨੇ। ਤਹਿ ਦਿਲ ਦੀ ਗਹਿਰਾਈਆਂ ਤੋਂ ਮੈਂ ਸਿਰ ਝੁਕਾ ਕੇ ਉਹਨਾਂ ਦਾ ਧੰਨਵਾਦ ਕਰਦਾ ਔਰ ਮੰਦਰ ਕਮੇਟੀ ਦਾ ਵੀ ਮੈਂ ਉਰੋਂ ਧੰਨਵਾਦ ਕਰਦਾ ਕਿ ਮੰਦਰ ਕਮੇਟੀ ਨੇ, ਮੰਦਰ ਕਮੇਟੀ ਦੇ ਸਦੱਸਿਆਂ ਨੇ ਸਾਰਿਆਂ ਨੇ ਬੜਾ ਵੱਡੇ ਲੈਵਲ 'ਤੇ ਕੋਪਰੇਟ ਕੀਤਾ, ਟਾਈਮ ਟਾਈਮ ਸਿਰ ਉਹ ਮਤਲਬ ਕਿ ਇਸ ਮੈਟਰ ਨੂੰ ਹੈਂਡਲ ਕਰਦੇ ਰਹੇ ਔਰ ਇੱਕ ਸ਼ਾਂਤਮਈ ਵਾਤਾਵਰਨ ਬਣਾ ਕੇ ਰੱਖਣ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੁਛ ਜਿਹੜੇ ਸ਼ਰਾਰਤੀ ਐਲੀਮੈਂਟ ਜਿਹੜੇ ਕਿ ਇਸ ਨੂੰ ਕਦੇ ਤਾਂ ਕੋਈ ਧਾਰਮਿਕ ਰੰਗਤ ਦੇਣ ਨੂੰ ਫਿਰਦੇ ਸੀ, ਕਦੇ ਉਹ ਇਸ ਨੂੰ ਚਾਹੁੰਦੇ ਸੀ ਵੀ ਕਿਸੇ ਤਰੀਕੇ ਨਾਲ ਇਹਦੀ ਆੜ ਲੈ ਕੇ ਪੰਜਾਬ ਦੇ ਵਿੱਚ ਕੋਈ ਜਾਣੀ ਕਿ ਅਸੀਂ ਗਲਤ ਫਿਰਕਾ ਪ੍ਰਸਤੀ ਦਾ ਮੈਸੇਜ ਫੈਲਾ ਸਕੀਏ। ਸੋ ਐਸੇ ਜਿੰਨੇ ਵੀ ਬੈਡ ਐਲੀਮੈਂਟਸ ਸੀ, ਗੁੰਡਾ ਐਲੀਮੈਂਟਸ ਸੀ, ਉਹਨਾਂ ਨੇ ਇਹ ਬੈਡ ਐਲੀਮੈਂਟਸ ਨੂੰ ਸਾਰਿਆਂ ਨੂੰ ਇਸ ਸਾਰੇ ਕੇਸ ਤੋਂ ਦੂਰ ਰੱਖਿਆ। ਸੋ ਇਸ ਕਰਕੇ ਮੰਦਰ ਕਮੇਟੀ ਦਾ ਵੀ ਤਹਿ ਦਿਲ ਤੋਂ ਧੰਨਵਾਦ ਔਰ ਮੈਂ ਉਚੇਚੇ ਤੌਰ 'ਤੇ ਮੀਡੀਆ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਸੀਂ ਮੀਡੀਆ ਦੇ ਹੱਥ 'ਚ ਬਹੁਤ ਵੱਡੀ ਤਾਕਤ ਹੁੰਦੀ ਹੈ। ਮੀਡੀਆ ਕਰਮੀਆਂ ਨੇ, ਮੀਡੀਆ ਵਾਸੀਆਂ ਨੇ ਸਾਡਿਆਂ ਨੇ ਬਹੁਤ ਵੱਡੀ ਇੱਕ ਇਸ ਦੀ ਜੋ ਕਵਰੇਜ ਕੀਤੀ, ਇੱਕ ਇੰਨੀ ਸ਼ਾਨਦਾਰ ਲਾਜਵਾਬ ਕਵਰੇਜ ਕੀਤੀ ਸੀ ਕਿਉਂਕਿ ਕਿਸੇ ਵੀ ਕਿਸਮ ਦੀ ਇਹਨੂੰ ਤੂਲ ਦਿੱਤੀ ਜਾ ਸਕਦੀ ਸੀ ਪਰ ਉਹ ਇਹ ਗੱਲ ਨੂੰ ਸਮਝਦੇ ਸੀ। ਕਿਤੇ ਨਾ ਮੀਡੀਆ ਨੂੰ ਵੀ ਔਰ ਸਾਰੇ ਸਮਾਜ ਨੂੰ ਵੀ ਇਹ ਗੱਲ ਪਤਾ ਲੱਗ ਰਹੀ ਸੀ ਕਿ ਇਹ ਜਿਹੜਾ ਮੈਟਰ ਹੈ ਇਹਦੇ ਵਿੱਚ ਕਿਸੇ ਦਾ, ਇਹਦੇ 'ਚ ਕਿਸੇ ਇੱਕ ਕਿਸੇ ਸਮੁਦਾਏ ਦੀ ਜਾਂ ਕਿਸੇ ਇੱਕ ਕਿਸੇ ਬੰਦੇ ਦੀ ਇਹ 'ਚ ਬੈਡ ਇੰਟੈਂਸ਼ਨ ਹੋ ਹੀ ਨਹੀਂ ਸਕਦੀ ਕਿਉਂਕਿ ਭਗਵਾਨ ਸ਼ਿਵ ਭੋਲੇਨਾਥ ਉਹ ਸਾਰਿਆਂ ਦੇ ਸਾਂਝੇ ਨੇ, ਸਾਰੇ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਨੇ, ਸਿਰ ਝੁਕਾਉਂਦੇ ਨੇ, ਉਹਨਾਂ ਦਾ ਸਤਿਕਾਰ ਕਰਦੇ ਨੇ। ਸੋ ਜਿਹੜਾ ਚੋਰ ਹੁੰਦਾ, ਚੋਰ ਕੋਈ ਵੀ ਹੋਵੇ, ਚੋਰ ਦਾ ਕੋਈ ਧਰਮ ਨਹੀਂ ਹੁੰਦਾ, ਚੋਰ ਦਾ ਕੋਈ ਮਜ਼ਹਬ ਨਹੀਂ ਹੁੰਦਾ, ਚੋਰ ਦਾ ਮੋਟਿਵ ਸਿਰਫ ਇੱਕ ਹੁੰਦਾ, ਚੋਰੀ ਕਰਨਾ। ਔਰ ਤੁਸੀਂ ਦੇਖਿਆ ਹੋਣਾ ਅੱਜ ਸਵੇਰੇ SSP ਮੈਡਮ ਦੀ ਕਾਨਫਰੰਸ, ਪ੍ਰੈਸ ਕਾਨਫਰੰਸ ਤੋਂ ਬਾਅਦ ਕਿ ਜਿਹੜੇ ਉਹ ਦੋਸ਼ੀ ਨੇ ਉਹ ਦੋਸ਼ੀਆਂ ਦੀ ਵੀ ਤੁਸੀਂ ਅੱਜ ਸਵੇਰੇ ਕਵਰੇਜ ਕਰਕੇ ਆਏ ਹੋ। ਇਹ ਜਿਹੜੇ ਚਾਰ ਦੋਸ਼ੀ ਫੜੇ ਗਏ ਨੇ, ਇਹਨਾਂ ਦੇ ਜਿਹੜੇ ਮਨਸੂਬੇ ਸੀ, ਜਿਹਨਾਂ 'ਚੋਂ ਦੋ ਪੰਜਾਬ 'ਚੋਂ ਫੜੇ ਗਏ ਨੇ ਅਤੇ ਦੋ ਬਾਹਰਲੀਆਂ ਸਟੇਟਾਂ ਤੋਂ ਸੀ। ਮੇਰੀ ਇੱਕ ਮੰਨਣਾ ਉਹਦਾ ਸੋਚ ਇੱਕ ਹੋਰ ਵੀ ਹੈ, ਭਗਵਾਨ ਸ਼ਿਵ ਦੀ ਲੀਲਾ ਕਹੋ ਇਹਨੂੰ, ਅਪਰੰਪਾਰ ਲੀਲਾ ਕਹੋ ਭਗਵਾਨ ਸ਼ਿਵ ਦੀ, ਇਹ ਭਗਵਾਨ ਸ਼ਿਵ ਨੇ ਇਹਨਾਂ ਨੇ ਇਹ ਦੇਖੋ ਕਿੱਡਾ ਵੱਡਾ ਇੱਕ ਵੱਡਾ ਕਾਂਡ ਹੋਣ ਤੋਂ ਬਚ ਗਿਆ ਕਿ ਇਹਨਾਂ ਦਾ ਅਗਲਾ ਮਨਸੂਬਾ ਸੀ ਕਿ ਭਾਰਤ ਦੇ ਸਾਊਥ ਇਲਾਕੇ ਦੇ ਵਿੱਚ ਜਾ ਕੇ ਜਿਹੜੇ ਆਪਣੇ ਕੋਲ ਪ੍ਰਾਚੀਨ ਇਤਿਹਾਸਿਕ ਮੰਦਰ ਸੀ, ਇਹਨਾਂ ਨੇ ਉੱਥੇ ਬਹੁਤ ਵੱਡਾ ਇੱਕ ਗੈਂਗ ਬਣਾ ਕੇ ਇੱਕ ਵੱਡੇ ਲੈਵਲ ਦੀ ਕਿਸੇ ਲੁੱਟ ਖੋਹ ਨੂੰ ਅੰਜਾਮ ਦੇਣਾ ਸੀ। ਸੋ ਕਿਤੇ ਨਾ ਕਿਤੇ ਸ਼ਕਤੀਆਂ ਦੇਖੋ ਕਿੱਡੀਆਂ ਵੱਡੀਆਂ ਮੌਜੂਦ ਨੇ ਕਿ ਭਗਵਾਨ ਸ਼ਿਵ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਸਾਰੀ ਘਟਨਾ ਇੱਕ ਤਰ੍ਹਾਂ ਨਾਲ ਆਪਣੇ ਉੱਤੇ ਹੰਢਾਉਂਦੇ ਹੋਏ, ਆਪਣੇ ਉੱਤੇ ਲੈਂਦੇ ਹੋਏ
ਇਹ ਜਿਹੜੀ ਕੇਸ ਸੀਗਾ ਇਹ ਕੁਦਰਤੀ ਗੱਲ ਕਿ ਖੰਨਾ ਪੁਲਿਸ ਦੇ ਖੰਨਾ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਆ ਗਿਆ। ਔਰ ਮੈਂ ਉਰੇ ਸ਼ਾਬਾਸ਼ ਦਿੰਦਾ ਪੁਲਿਸ ਅਧਿਕਾਰੀਆਂ ਨੂੰ, ਚਾਹੇ ਉਹ DGP ਗੌਰਵ ਯਾਦਵ ਜੀ ਦੀ ਕਮਾਂਡ ਦੇ ਵਿੱਚ ਪੂਰੀ ਪੁਲਿਸ ਫੋਰਸ ਨੇ ਕੰਮ ਕੀਤਾ ਹੋਵੇ, ਅਤੇ ਚਾਹੇ DIG ਮੈਡਮ ਧਨਪ੍ਰੀਤ ਕੌਰ ਜੀ ਹੋਣ, ਚਾਹੇ SSP ਅਸ਼ਵਨੀ ਗੁਟਿਆਲ ਜੀ ਹੋਣ, ਚਾਹੇ DSP ਹਰਜਿੰਦਰ ਸਿੰਘ ਗਿੱਲ ਜੀ ਹੋਣ, DSP ਅੰਮ੍ਰਿਤਪਾਲ ਸਿੰਘ ਜੀ ਹੋਣ, ਨਾਲ CIA ਦੇ ਸਟਾਫ ਅਮਨ ਜੀ ਹੋਣ, ਜਿਹੜੀਆਂ ਟੀਮਾਂ ਬਾਹਰੋਂ ਵੀ ਆਈਆਂ, ਮੈਂ ਸਾਰਿਆਂ ਦੀ ਉਰੇ ਇਸ ਗੱਲ 'ਤੇ ਸਰਾਹਨਾ ਕਰਦਾ ਕਿ ਜਿਨ੍ਹਾਂ ਨੇ ਉਸ ਦਿਨ ਤੋਂ ਬਾਅਦ ਇੱਕ ਦਿਨ ਵੀ ਇੱਕ ਘੰਟਾ ਵੀ ਕਿਤੇ ਅਵੇਸਲੇ ਨਹੀਂ ਜਾਣ ਦਿੱਤਾ, ਕਿਤੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਔਰ ਇਹ ਐਡਾ ਵੱਡਾ ਜੋ ਅੰਤਰਰਾਜੀ ਗੈਂਗ ਸੀ, ਇਹ ਇੰਟਰਸਟੇਟ ਗੈਂਗ, ਇਹਨੂੰ ਉਹਨਾਂ ਨੇ ਬੇਨਕਾਬ ਕੀਤਾ, ਬੇਕਾਬੂ ਕੀਤਾ। ਔਰ ਇਹ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਕਿ ਜਿਹੜਾ ਇਹ ਚਾਹੇ ਚਾਂਦੀ ਚੋਰੀ ਕਰਦੇ ਸੀ, ਚਾਹੇ ਸੋਨਾ ਚੋਰੀ ਕਰਦੇ ਸੀ, ਚਾਹੇ ਗੁਰਦੁਆਰਿਆਂ 'ਚੋਂ ਮੰਦਰਾਂ 'ਚੋਂ ਜੋ ਚੋਰੀ ਕਰਦੇ ਸੀ, ਇਹ ਸਾਰੇ ਦਾ ਸਾਰਾ ਜੋ ਮਟੀਰੀਅਲ ਜਾ ਕੇ ਲਖਨਊ ਦੇ ਇੱਕ ਸੁਨਿਆਰੇ ਕੋਲ ਵੇਚਦੇ ਸੀ, ਉਹਦੇ ਖਾਤੇ ਤੱਕ ਫਰੀਜ਼ ਕਰ ਦਿੱਤੇ ਗਏ, ਉਹਨੂੰ ਅਰੈਸਟ ਤੱਕ ਕਰ ਦਿੱਤਾ ਗਿਆ। ਔਰ ਉੱਥੋਂ ਜਿੰਨੀ ਮਤਲਬ ਕਿ ਰਿਕਵਰੀ ਹੋ ਸਕੀ ਚਾਂਦੀ ਦੀ ਰਿਕਵਰੀ ਕਰ ਲਿੱਤੀ ਗਈ ਹੈ। ਔਰ ਇੱਕ ਬਹੁਤ ਵੱਡਾ ਨੈਕਸਸ ਸੀ ਜੋ ਇਹ ਕਰੈਕ ਹੋਇਆ। ਔਰ ਇਸ ਗੱਲ ਦਾ ਮੈਂ ਫੇਰ ਤੋਂ ਇੱਕ ਵਾਰ ਕਹੂੰਗਾ ਵੀ ਇਹ ਜਿਹੜਾ ਸ਼ਰਾਇ ਇਹ ਖੰਨਾ ਪੁਲਿਸ ਨੂੰ, ਸਾਡੀ ਪੁਲਿਸ ਨੂੰ ਮਿਲਣਾ ਸੀ। ਸੋ ਇਹ ਵੀ ਭਗਵਾਨ ਭੋਲੇਨਾਥ ਦੀ ਅਪਾਰ ਕਿਰਪਾ ਜੋ ਇਹ ਸੇਵਾ ਦਾ ਮੌਕਾ, ਮੈਂ ਕਹੂੰਗਾ ਸੇਵਾ, ਇੱਕ ਸੇਵਾ ਸੀ ਕਿਉਂਕਿ ਭਗਵਾਨ ਦੇ ਮੰਦਰਾਂ 'ਚ ਚੋਰੀਆਂ ਕਰਨੀਆਂ, ਪਾਪ ਕਮਾਉਣੇ, ਗੁਰਦੁਆਰਿਆਂ 'ਚ ਚੋਰੀਆਂ ਕਰਨੀਆਂ, ਪਾਪ ਕਮਾਉਣੇ, ਔਰ ਉਹਨਾਂ ਅੰਸਰਾਂ ਨੂੰ, ਸ਼ਰਾਰਤੀ ਅੰਸਰਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਣਾ, ਇਹ ਵੀ ਇੱਕ ਬਹੁਤ ਵੱਡੀ ਸੇਵਾ। ਸੋ ਜੋ ਇਹ ਸੇਵਾ ਇਹ ਸਾਡੇ ਖੰਨਾ ਪੁਲਿਸ ਦੇ ਹੱਥ ਦੇ ਵਿੱਚ ਆਈ, ਸੋ ਮੈਂ ਇਸ ਗੱਲ ਲਈ ਇੱਕ ਵਾਰ ਤੋਂ ਫਿਰ ਸਾਰਿਆਂ ਦਾ ਧੰਨਵਾਦ ਕਰਦਾ। ਪਰ ਇੱਕ ਸੁਨੇਹਾ ਜਿਹੜਾ ਕਿ ਬੜਾ ਇੰਪੋਰਟੈਂਟ ਸੁਨੇਹਾ ਮੈਂ ਪ੍ਰੈਸ ਦੇ ਮਾਧਿਅਮ ਨਾਲ ਦੇਣਾ ਚਾਹੁੰਦਾ ਆਪਣੇ ਖੰਨੇ ਵਾਸੀਆਂ ਨੂੰ ਕਿ ਜਿਸ ਦਿਨ 15 ਅਗਸਤ ਨੂੰ ਇਹ ਬਹੁਤ ਵੱਡਾ ਇੱਕ ਪਾਪ ਹੋਇਆ ਸੀ, ਕਾਂਡ ਹੋਇਆ ਸੀ, ਠੀਕ ਆ, ਉਸ ਦਿਨ ਸਾਡੇ ਸਾਰਿਆਂ ਦੀ ਭਾਵਨਾ ਬੜੀ ਆਹਤ ਸੀ, ਸਾਡੇ ਭਾਵਨਾ ਨੂੰ ਚੋਟ ਪਹੁੰਚੀ ਹੋਈ ਸੀ। ਪਰ ਮੈਂ ਉਸ ਦਿਨ ਇੱਕ ਚੀਜ਼ ਦੇਖਿਆ, ਜਿਹੜਾ GT ਰੋਡ ਦੇ ਉੱਤੇ ਧਰਨਾ ਲੱਗਿਆ, ਉਸ ਧਰਨੇ ਦੇ ਵਿੱਚ ਕਈ ਕਿਸਮ ਦੇ ਜਾਣੀ ਕਿ ਬਿਆਨਬਾਜ਼ੀਆਂ ਮੈਂ ਦੇਖੀਆਂ, ਔਰ ਜਿਹੜੀ ਬੜੇ ਥੱਲੜੇ ਪੱਧਰ ਦੀ ਬਿਆਨਬਾਜ਼ੀ ਮੈਂ ਕੁਛ ਉਰੇ ਲੋਕਲ ਲੀਡਰਾਂ ਦੀ ਦੇਖੀ, ਉਹ ਬੜੀ ਨਿਹਾਇਤ ਹੀ ਨਿੰਦਣਯੋਗ ਬਿਆਨਬਾਜ਼ੀ ਹੈ। ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਕਿਸੇ ਕਿਸਮ ਨਾਲ ਇਹਨੂੰ ਚਾਹੇ ਤਾਂ ਫਿਰਕਾ ਪ੍ਰਸਤੀ ਦਾ ਰੰਗ ਦਿੱਤਾ ਜਾਵੇ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਉਰੇ ਲੋਕਲ ਜਨਤਾ ਨੂੰ ਭੜਕਾ ਕੇ ਇਹਨਾਂ ਨੂੰ ਇਸ ਤਰੀਕੇ ਨਾਲ ਮਤਲਬ ਕਿ ਇਹਨਾਂ ਦੀਆਂ ਭਾਵਨਾਵਾਂ ਨੂੰ ਹੋਰ ਐਕਸਪਲੋਇਟ ਕੀਤਾ ਜਾਵੇ, ਤਾਂ ਜੋ ਕਿਸੇ ਤਰੀਕੇ ਦੇ ਨਾਲ ਇਸ ਇਹਨੂੰ ਕੋਈ ਰੰਗਤ ਨਵੀਂ ਦੇ ਕੇ ਸ਼ਹਿਰ ਦੇ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਨੂੰ ਭੰਗ ਕੀਤਾ ਜਾਵੇ। ਮੈਂ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਚੇਤਾਵਨੀ ਵੀ ਦੇਣੀ ਚਾਹੁੰਦਾ ਕਿ ਤੁਸੀਂ ਆਪਣੀਆਂ ਐਸੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਓ। ਕੀ ਹੁੰਦਾ ਕਿ ਇੱਕ ਛੋਟੀ ਜਿਹੀ ਜਾਣੀ ਕਿ ਇੱਕ ਗੱਲ ਨੂੰ ਤੁਸੀਂ ਮਤਲਬ ਕਿ ਕੀ ਸੀਗਾ ਕਿ ਆਉਣ ਵਾਲੇ ਸਮੇਂ 'ਚ ਉਰੇ ਲੋਕਲ ਇੱਕ ਇਲੈਕਸ਼ਨ ਸੀ, ਇਲੈਕਸ਼ਨ ਨੂੰ ਜਿੱਤਣ ਲਈ ਕਈ ਤਾਂ ਆਪਣੇ ਧੀਆਂ ਪੁੱਤਾਂ ਨੂੰ ਜਿਤਾਉਣ ਲਈ ਮੈਂ ਦੇਖਿਆ ਉਹਦੇ ਵਿੱਚ ਉਹ ਜਾਣੀ ਕਿ ਉਹਨਾਂ ਨੇ ਅਲਫਾਜ਼ ਥੱਲੜੇ ਪੱਧਰ 'ਤੇ ਵਰਤੇ ਕਿ ਜਿਹੜੇ ਇੱਕ ਚੰਗੇ ਸਿਆਸੀ ਲੀਡਰ ਨੂੰ ਸ਼ੋਭਾ ਨਹੀਂ ਦਿੰਦੇ। ਸੋ ਇਸ ਕਰਕੇ ਆਹੀ ਜਿਹੜੇ ਬੈਡ ਐਲੀਮੈਂਟ ਨੇ, ਜਿਹੜੇ ਸਮਾਜ ਦੇ ਵਿੱਚ ਆਹੀ ਜੇ ਐਲੀਮੈਂਟ ਜਿਹੜੇ ਆਪਸੀ ਭਾਈਚਾਰਕ ਸਾਂਝਾਂ ਨੂੰ ਨੁਕਸਾਨ ਪਹੁੰਚਾਉਣ ਦਾ ਚਾਹੁੰਦੇ ਹੋਣ, ਜਿਹੜੇ ਮੌਕਾ ਹੀ ਭਾਲਦੇ ਹੋਣ ਕਿ ਸਾਨੂੰ ਕੋਈ ਵੀ ਮੌਕਾ ਮਿਲੇ ਅਤੇ ਅਸੀਂ ਇਹਨੂੰ ਕਿਸੇ ਕਿਸਮ ਦਾ ਮਤਲਬ ਕਿ ਕੋਈ ਵੀ ਰੰਗਤ ਦੇਖੇ ਸਮਾਜ ਦੇ ਵਿੱਚ ਮਾਹੌਲ ਖਰਾਬ ਕਰ ਸਕੀਏ, ਇਹਨਾਂ ਤੋਂ ਸੁਚੇਤ ਰਹੋ, ਇਹਨਾਂ ਤੋਂ ਬਚਾ ਕਰਕੇ ਰਹੋ।
ਇਹ ਇਹ ਬੜਾ ਅਮਨ ਸ਼ਾਂਤੀ ਵਾਲਾ ਸਾਡਾ ਸ਼ਹਿਰ ਹੈ, ਸਾਡਾ ਅਮਨ ਸ਼ਾਂਤੀ ਵਾਲਾ ਸੂਬਾ ਪੰਜਾਬ ਹੈ। ਸੋ ਮੈਂ ਇੱਕ ਵਾਰ ਤੋਂ ਫਿਰ ਸਾਡੇ ਖੰਨਾ ਵਾਸੀਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ। ਮੈਂ ਵਧਾਈ ਨਹੀਂ ਦਊਂਗਾ, ਕਿਉਂਕਿ ਵਧਾਈ ਇਸ ਲਈ ਨਹੀਂ ਮੈਂ ਦਊਂਗਾ, ਚਾਹੇ ਬੰਦੇ ਫੜੇ ਗਏ, ਮੈਂ ਵਧਾਈ ਇਸ ਲਈ ਨਹੀਂ ਦਊਂਗਾ ਕਿਉਂਕਿ ਉਹਨਾਂ ਨੇ ਪਾਪ ਕੀਤਾ। ਸੋ ਪਾਪੀ ਨੂੰ ਫੜਿਆ ਜਾਣਾ ਇਹ ਕੋਈ ਵਧਾਈ ਦੀ ਗੱਲ ਨਹੀਂ, ਪਰ ਮੈਂ ਹਾਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਇਸ ਗੱਲ ਦੇ ਉੱਤੇ ਮਤਲਬ ਕਿ ਸਾਡੇ ਦਿਲ ਨੂੰ ਇੱਕ ਸਾਂਤਵਨਾ ਜ਼ਰੂਰ ਮਿਲੀ ਹੈ, ਸਾਡੇ ਦਿਲ ਨੂੰ ਇੱਕ ਠਰਮਾ ਜ਼ਰੂਰ ਮਿਲਿਆ ਕਿ ਐਸੇ ਪਾਪੀ ਜਿਨ੍ਹਾਂ ਨੇ ਪਾਪ ਕਮਾਇਆ ਅੱਜ ਉਹ ਆਪਣੀ ਸਜ਼ਾ ਭੋਗਣ ਲਈ ਬੜੀਆਂ ਸੰਗੀਨ ਧਾਰਾਵਾਂ ਦੇ ਅਧੀਨ ਅੱਜ ਉਹ ਪੁਲਿਸ ਦੇ ਕਸਟਡੀ 'ਚ ਨੇ ਔਰ ਬਹੁਤ ਜਲਦੀ ਉਹ ਸਲਾਖਾਂ ਦੇ ਪਿੱਛੇ ਹੋਣਗੇ ਜੇਲ੍ਹ 'ਚ ਹੋਣ। ਧੰਨਵਾਦ ਜੀ। ਦੇਖੋ ਜਿਹੜਾ ਪ੍ਰਸ਼ਾਸਨ ਹੁੰਦਾ, ਪ੍ਰਸ਼ਾਸਨ ਕਾਨੂੰਨ ਜੋ ਦੇਸ਼ ਦਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਉਹਨੇ ਕੰਮ ਕਰਨਾ। ਜੋ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਧਾਰਾਵਾਂ ਹੋਣਗੀਆਂ, ਉਹ ਆਲਰੇਡੀ ਇੰਪੋਜ਼ ਹੋ ਚੁੱਕੀਆਂ, ਲੱਗ ਚੁੱਕੀਆਂ, ਉਹਨਾਂ ਧਾਰਾਵਾਂ ਦੇ ਅਧੀਨ ਉਹ ਬਹੁਤ ਜਲਦੀ ਸਲਾਖਾਂ ਦੇ ਵਿੱਚ ਹੋਣਗੇ। ਥੈਂਕ ਯੂ ਜੀ। ਥੈਂਕ ਯੂ ਜੀ।